मैं थोड़ा अज लैके चलिया काका प्रधान के प्रमोशनल टूर चंडीगढ़ च। जी हाँ, CGC लांडरा ते CGC झंझेड़ी दोनों ही कॉलेजेस बहुत कैंट सी, बहुत ज़्यादा क्रेजी फैन सानू उत्थे देखण नू मिले, बहुत ही ज़्यादा क्रेजी क्राउड सीगा उत्थे। तो गीत MP3 के स्टूडियो तो लैके सारा सफर मैं थोड़ा दिखाने वाला जिस वीडियो के उत्ते की सूँ देखने मिले कि गड्डिया की लाइन जी चल रही सी चमकदी हुई जा रही, क्योंकि चमकते हुए स्टार साढ़े मौजूद सके हरफ चीमा बई, करण रंधावा बई, गुरी बई बड्डा अग्रवाल, प्रिंस पुल्लर, सतबीर ओजला बई। काका प्रधान से प्रिंस पुल्लर दी फिल्म सी, का करण रंधावा बई का गाना सीगा, तो होर भी बहुत घेंट चीज़ा थोड़ा मैं दसन वाला जी इस वीडियो के। इस वीडियो में अंत तक जरूर देखियो, तो लाइव परफॉर्मेंसिस तुसी जरूर देखियो, क्योंकि सिंगर ने बहुत घेंट गाया, बहुत घेंट नज़ारा क्राउड ने उत्थे सानू मतलब देखने को मिले। तो हुण थोड़ा मैं दिखाने लगा कि कुछ सानू उत्थे देखने को मिलिया। जो देखदियां तू बलिए
ਸਲਾਨੀ ਜੱਟਾ ਕਾਲੀਆਂ ਦਾ ਵਿਪਰੀਆਂ ਜਿਨਾ ਤੇਰੀ ਵੇ ਰੱਖ ਅੱਲੜੀ ਦਾ ਸੀਨਾ ਵੇ ਤੂੰ ਠਾਰ ਕੇ ਠੀਕ ਆ ਆ ਗੁੜੀਆਂ ਗਾਇਓ ਠੀਕ ਹੈ ਨਾ ਲੈ ਦੇ ਫੁਲਕਾਈ ਜੱਟੀ ਨੂੰ ਹਾਂ ਜੂ ਮਿਲਣ ਬੁੱਕਲੇ ਜੱਟਾ ਸੀਜੀਸੀ ਝੰਜੇੜੀ ਜੀ 'ਚ ਬਹੁਤ ਘੈਂਟ ਘੈਂਟ ਪਰਫੋਰਮੈਂਸਿਸ ਸਾਡੇ ਸਟਾਰਕਾਸਟ ਨੇ ਦਿੱਤੀਆਂ ਤਾਂ ਉਸ ਤੋਂ ਬਾਅਦ ਹੁਣ ਅਸੀਂ ਹੁਣ ਜਾਣ ਲੱਗੇ ਸੀਜੀਸੀ ਲਾਂਡਰਾਂ ਬਟ ਉਸ ਤੋਂ ਬਾਅਦ ਆ ਗੁਰੀ ਬਾਈ ਕਰ ਰਿਹਾ ਅਤੇ ਗੁਰੀ ਬਾਈ ਦਾ ਫੇਮਸ ਨਾ ਹੋਣ ਕਰਕੇ ਗੁਰੀ ਬਾਈ ਨੂੰ ਬਾਰ ਬਾਰ ਡਿਮਾਂਡ ਆ ਰਹੀ ਸੀਗੀ ਯਾਰ ਬੇਲੀਆਂ ਦੀ ਯਾਰ ਬੇਲੀ ਗਾਣੇ ਦੀ ਕਿਉਂਕਿ ਉਹਨਾਂ ਦਾ ਹਿੱਟ ਗਾਣਾ ਸੀਗਾ ਸੋ ਇੱਕ ਵਾਰ ਸੁਣ ਲੈਂਦੇ ਹਾਂ ਯਾਰ ਬੇਲੀ ਫਿਰ ਚੱਲਦੇ ਹਾਂ ਸੀਜੀਸੀ ਲਾਂਡਰਾਂ ਸੋ ਗੁਰੀ ਬਾਈ ਨੇ ਫੈਨਸ ਦੀਆਂ ਡਿਮਾਂਡਾਂ ਦੇ ਉੱਤੇ ਯਾਰ ਬੇਲੀ ਗਾਣੇ ਨੂੰ ਸੁਣਾਇਆ ਹੁਣ ਮੈਂ ਪੂਰਾ ਗਾਣਾ ਤੁਹਾਨੂੰ ਨਹੀਂ ਸੁਣਾ ਸਕਦਾ ਕਿਉਂਕਿ ਕਾਪੀਰਾਈਟ ਆ ਜਾਊਗਾ ਮੇਰੇ ਚੈਨਲ 'ਤੇ ਅਤੇ ਤੁਸੀਂ ਥੋੜ੍ਹੇ ਕਰਕੇ ਮੇਰਾ ਚੈਨਲ ਬਣਿਆ ਅਤੇ ਤੁਸੀਂ ਇਹਨੂੰ ਅੱਗੇ ਲੈ ਕੇ ਜਾਣਾ ਅਤੇ ਹੁਣ ਮਤਲਬ ਉਸ ਤੋਂ ਬਾਅਦ ਸਾਰੇ ਹੀ ਕਾਲਜ ਨੂੰ ਬਾਈ ਹੁਣਾਂ ਨੇ ਥੀਏਟਰ 'ਚ ਕਨਵਰਟ ਕਰਤਾ ਲਾਈਟਸ ਬੰਦ ਕਰਤੀਆਂ ਉਸ ਤੋਂ ਬਾਅਦ ਫੋਨਾਂ ਦੀ ਫਲੈਸ਼ਾਂ ਚਲਾ ਲਈਆਂ ਅਤੇ ਫਿਰ ਚਲਾਇਆ ਗਿਆ ਮੂਵੀ ਦਾ ਜਿਹੜਾ ਘੈਂਟ ਜਾਂ ਥੀਏਟਰ ਬਣਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਘੈਂਟ ਜਾਂ ਜਿਹੜਾ ਟ੍ਰੇਲਰ ਚਲਾਇਆ ਗਿਆ ਸਾਰੇ ਬੱਚਿਆਂ ਨੇ ਟ੍ਰੇਲਰ ਇੰਜੋਏ ਕੀਤਾ ਉਸ ਤੋਂ ਬਾਅਦ ਬਾਈ ਹੁਣੀ ਜਿਹੜੇ ਸੀਗੇ ਉੱਧਰ ਤੋਂ ਉੱਠ ਕੇ ਚੱਲ ਪਏ ਸੀ ਜੀ ਸੀ ਲਾਂਡਰਾਂ ਦੀ ਤਾਂ ਫਿਰ ਸੀ ਜੀ ਸੀ ਲਾਂਡਰਾਂ ਜਾਂਦੇ ਟਾਈਮ ਅਸੀਂ ਰੁਕੇ ਇੱਕ ਢਾਬੇ 'ਤੇ ਮੈਨੂੰ ਨਾ ਯਾਦ ਨਹੀਂ ਹੈਗਾ ਬਟ ਢਾਬੇ 'ਤੇ ਰੁਕ ਮੈਂ ਦੇਖ ਲੈਣਾ ਵੀਡੀਓ 'ਚ ਹੋਊਗਾ ਬਟ ਸੋਰੀ ਜੇ ਨਾ ਵੀ ਹੋਊ ਅਤੇ ਅਸੀਂ ਰੁਕੇ ਢਾਬੇ ਦੇ ਉੱਤੇ ਬਾਈ ਹੁਣਾਂ ਨੇ ਉੱਥੇ ਬਹੁਤ ਇੰਜੋਏ ਕੀਤਾ ਫੋਟੋ ਸ਼ੂਟਸ ਕੀਤੇ ਅਸੀਂ ਉੱਥੇ ਅਤੇ ਉੱਥੇ ਵੀਡੀਓਜ਼ ਵਗੈਰਾ ਬਣਾਈਆਂ ਉੱਥੋਂ ਖਾਣਾ ਪੀਣਾ ਖਾਧਾ ਕੁਛ ਕਿਉਂਕਿ ਸਾਰੇ ਆਰਟਿਸਟ ਬਹੁਤ ਜ਼ਿਆਦਾ ਥੱਕ ਚੁੱਕੇ ਸੀਗੇ ਅਤੇ ਮੈਂ ਵੀ ਬਹੁਤ ਥੱਕਿਆ ਸੀਗਾ ਯਾਰ ਮੈਂ ਆਰਟਿਸਟ ਨਹੀਂ ਹੈਗਾ ਬਟ ਭੁੱਖ ਤਾਂ ਮੈਨੂੰ ਵੀ ਲੱਗਦੀ ਆ ਬਟ ਉੱਥੇ ਅਸੀਂ ਬਹੁਤ ਜ਼ਿਆਦਾ ਥੱਕ ਚੁੱਕੇ ਸੀਗੇ ਤਾਂ ਉਸ ਤੋਂ ਬਾਅਦ ਅਸੀਂ ਸੀ ਜੀ ਸੀ ਲਾਂਡਰਾਂ ਪਹੁੰਚ ਗਏ ਅਤੇ ਦੇਖਦੇ ਹਾਂ ਸੀ ਜੀ ਸੀ ਲਾਂਡਰਾਂ
पूरा कहना हूँ तुम यूट्यूब से सुन लियो। क्राउड ने बहुत ज़्यादा हाल बुरा करता सीगा आर्टिस्टा का। ईवन गुरी बाई के उ एक कुड़ी आ गई, मतलब इदा छाल जी मार गई, बट हों चलता है इदा। सो पूरी लाइक वीडियो शेयर सबसक्राइब जरूर करो। थैंक यू।